ਅੰਮ੍ਰਿਤਸਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਚੈਕਿੰਗ ਦੌਰਾਨ ਬਲੈਰੋ ਗੱਡੀ ਵਿੱਚੋਂ 75 ਲੱਖ ਦੀ ਨਕਦ ਰਾਸ਼ੀ ਅਤੇ ਇੱਕ ਰਾਈਫਲ ਬਰਾਮਦ ਕੀਤੀ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਵਿੱਚ ਨਾਵਲੜੀ ਚੌਂਕੇ ਸਾਡੀ ਫੋਰਸ ਸਮੇਤ ਸੀ ਆਰ ਪੀ ਨਾਕੇ ਚੈਕਿੰਗ ਕਰ ਰਹੀ ਸੀ। ਗੱਡੀ ਇੱਕ ਆਈ ਸੀ ਬਲੈਰੋ, ਉਹਨਾਂ ਰੋਕਿਆ, ਉਹਦੇ ਚੋਂ 75 ਲੱਖ ਰੁਪਇਆ ਮਿਲਿਆ। ਇਹਦੇ ਵਿੱਚ ਇਹ ਦੱਸਦੇ ਆ ਠੇਕੇ ਦੀ ਸਾਡੀ ਹੈਗੀ ਆ ਅਮਾਊਂਟ, ਫਿਰ ਵੀ ਅਸੀਂ ਜਿਹੜੇ ਐਸ ਡੀ ਓ ਸਰਵੇਲੈਂਸ ਦੇ ਸਤਨਾਮ ਸਿੰਘ ਜੀ ਇਰੀਗੇਸ਼ਨ ਦੇ ਹੈਗੇ ਆ ਡਿਪਾਰਟਮੈਂਟ ਦੇ ਚਾਰ ਲੱਗੇ, ਉਹਨਾਂ ਨੂੰ ਬੁਲਾ ਲਿਆ, ਉਹ ਸਾਰੀ ਵੈਰੀਫਾਈ ਕਰ ਲਿਆ, ਵੈਰੀਫਾਈ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਏਗੀ। ਸਾਨੂੰ ਫੋਨ ਕੀਤਾ ਵੀ ਇੱਥੇ 75 ਲੱਖ ਰੁਪਇਆ ਜਿਹੜਾ ਹੈਗਾ ਵਾ ਇਲੀਗਲ ਹੈਗਾ, ਅਸੀਂ ਕਾਗਜ਼ ਪੱਤਰ ਚੈੱਕ ਕੀਤੇ ਆ ਤੇ ਸਾਨੂੰ ਉਹਨਾਂ ਦਾ ਜਿਹੜਾ ਹੈਗਾ ਇਲੀਗਲ ਨਹੀਂ ਲੱਗਾ। ਇਹ ਸਾਨੂੰ ਇਹ ਇਨਕਮ ਟੈਕਸ ਇਨਵੈਸਟੀਗੇਸ਼ਨ ਕਰਨਗੇ ਤੇ ਉੱਥੇ ਪਤਾ ਲੱਗੂਗਾ ਵੀ ਇਹ ਪੈਸਾ ਕਿੱਥੇ ਵਰਤਿਆ ਜਾਣਾ ਹੈ। ਫਿਲਹਾਲ ਪੁਲਿਸ ਜਾਂਚ ਵਿੱਚ ਜੁਟ ਗਈ ਹੈ ਅਤੇ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਇਹ ਰਾਸ਼ੀ ਕਿੱਥੋਂ ਆਈ ਸੀ ਤੇ ਕਿੱਥੇ ਲਈ ਜਾਣੀ ਸੀ। ਕੈਮਰਾਮੈਨ ਸੋਨੂ ਸੋਢੀ ਦੇ ਨਾਲ ਵਿਕਰਮ ਗਿੱਲ, ਖਬਰ ਹਰਪਲ.com, ਅੰਮ੍ਰਿਤਸਰ।